ਅਸੀਂ ਸ਼ੋਪਿੰਗ ਕਰਨ ਆਏ ਸੀ ਇੱਥੇ ਦਿੱਲੀ ਦਰਵਾਜ਼ੇ, ਸਾਡੇ ਮੇਰੇ ਭਾਣਜੇ ਦੀ ਇਹਨਾਂ ਦੇ ਬੇਟੇ ਦੀ ਡੇਟ ਫਿਕਸ ਕੀਤੀ ਆ ਅਸੀਂ, ਅਸੀਂ ਇੱਥੇ ਸ਼ੋਪਿੰਗ ਕਰਨ ਆਏ ਸੀ, ਸ਼ੋਪਿੰਗ ਕੰਪਲੀਟ ਕਰਕੇ ਅਸੀਂ ਬਾਹਰ ਨਿਕਲੇ ਹਾਂ, ਸਾਡੀਆਂ ਗੱਡੀਆਂ ਉੱਧਰ ਖੜੀਆਂ ਸੀ ਅਤੇ ਭਾਣਜਾ ਸਾਡੇ ਨਾਲ ਸੀ ਜਿਹੜਾ ਬੱਚਾ ਇਹਨਾਂ ਨੇ ਪਕੜਿਆ ਇੱਥੇ, ਅਸੀਂ ਉੱਥੋਂ ਪੂਰੀ ਫੈਮਿਲੀ ਇੱਥੇ ਖੜੀ ਹੋ ਗਈ, ਦੋ ਬੱਚੀਆਂ ਪਿੱਛੋਂ ਇੱਕ ਲਹਿੰਗਾ ਚੁੱਕ ਕੇ ਆ ਰਹੀਆਂ ਸੀ ਅਤੇ ਉਹਨਾਂ ਕੋਲ ਸੈੱਲ ਨਹੀਂ ਸੀ ਹੈਗਾ, ਅਤੇ ਉਹ ਬੱਚੇ ਨੂੰ ਅਸੀਂ ਕਿਹਾ ਕਿ ਜਾ ਕੇ ਨਾ ਥੋੜ੍ਹੇ ਫਾਸਲੇ ਤੋਂ ਅਤੇ ਉੱਥੇ ਦਿੱਲੀ ਦਰਵਾਜ਼ੇ ਦੇ ਅੱਗੇ ਖੜਾ ਹੋ ਜਾ ਇੱਧਰ ਚੌਂਕ 'ਚ, ਅਸੀਂ ਖੜੇ 'ਚ ਉਹ ਥੋੜ੍ਹਾ ਜਿਹਾ ਫਾਸਲੇ 'ਤੇ, ਅਤੇ ਉੱਥੇ ਖੜਾ ਹੋ ਜਾ, ਉਹਨਾਂ ਕੋਲ ਸੈੱਲ ਨਹੀਂ ਉੱਥੇ ਨੂੰ ਦੇਖ ਲੈਣਗੇ। ਅੱਛਾ, ਉੱਥੋਂ ਅਸੀਂ ਦੇਖ ਰਹੇ ਹਾਂ ਅਤੇ ਪੁਲਿਸ ਵਾਲਾ ਅਨਸਰ ਜਿਹੜਾ ਉਹਦੇ ਕੋਲ ਆਇਆ ਅਤੇ ਉਹਨੂੰ ਆਈ ਡੀ ਕਾਰਡ, ਉਹ ਅੰਦਾਜ਼ਾ ਹੋਇਆ ਕਿ ਆਈ ਡੀ ਕਾਰਡ ਮੰਗਿਆ, ਇਹਨੇ ਆਈ ਡੀ ਕਾਰਡ ਕੱਢ ਕੇ ਦਿੱਤਾ, ਉਹਨੇ ਉਹ ਜੇਬ 'ਚ ਪਾ ਲਿਆ ਅਤੇ ਇਹਨੂੰ ਮਤਲਬ ਜੋ ਸਾਨੂੰ ਬਾਅਦ 'ਚੋਂ ਪਤਾ ਚੱਲਿਆ ਉਹ ਇਹ ਪਤਾ ਚੱਲਿਆ ਕਿ ਉਹਨੇ ਕਿਹਾ ਇਹਨੂੰ ਕਿ ਸ਼ਨਾਖਤੀ ਕਾਰਡ ਦੇ, ਤੂੰ ਮਸ਼ਕੂਕ ਲੱਗਦਾ ਇੱਧਰ ਉੱਧਰ ਕੀ ਵੇਖਦਾ, ਅਤੇ ਉਹਨੇ ਕਿਹਾ ਕਿ ਮੇਰੀ ਫੈਮਿਲੀ ਪਿੱਛੋਂ ਆ ਰਹੀ, ਉਹਨੇ ਕਿਹਾ ਫਿਰ ਇੱਥੇ ਨਹੀਂ ਖਲੋ ਸਕਦਾ ਤੂੰ, ਮੈਨੂੰ ਕਿਹਾ ਜੀ ਮੈਨੂੰ ਖਲੋਣਾ ਇੱਥੇ ਹੀ ਪਏਗਾ ਕਿ ਉਹਨਾਂ ਕੋਲ ਸੈੱਲ ਨਹੀਂ ਹੈਗਾ, ਉਹਨੇ ਕਿਹਾ ਅੱਛਾ ਇੱਥੇ ਖਲੋਏਗਾ, ਉਹਨੇ ਚਪੇੜ ਮਾਰ ਦਿੱਤੀ, ਦੋ ਤਿੰਨ ਚਪੇੜਾਂ ਮਾਰੀਆਂ, ਉਨੀ ਦੇਰ ਨੂੰ ਅਸੀਂ ਉੱਥੋਂ ਦੌੜੇ ਪੈਦਲ ਕੇ, ਇਹਨੂੰ ਦੱਸੀਏ ਕਿ ਫੈਮਿਲੀ ਹੈਗੀ ਇਹਦੇ ਨਾਲ, ਅਸੀਂ ਸੋਚਿਆ ਕਿ ਪੁਲਿਸ ਵਾਲਾ ਛੱਡ ਦੇਗਾ ਫੈਮਿਲੀ ਦੇਖ ਕੇ, ਉਹਨੇ ਰਿਕਸ਼ੇ 'ਚ ਪਾ ਲਿਆ, ਇੱਕ ਬੰਦਾ ਹੋਰ ਨਾਲ ਸੀ ਰਿਕਸ਼ੇ 'ਚ ਪਾ ਕੇ, ਮੁੰਡੇ ਨੂੰ ਇੰਨਾ ਘਸੀਟ ਕੇ ਲੈ ਗਏ, ਜੁੱਤੀ ਵੀ ਉੱਥੇ ਰਹਿ ਗਈ, ਅਸੀਂ ਪੈਦਲ, ਅਸੀਂ ਇੱਥੋਂ ਦੇ ਅਣਜਾਣ ਲੋਕ ਹਾਂ, ਇਸਲਾਮਾਬਾਦੋਂ ਬੱਚੇ ਆਏ ਸੀ, ਅਸੀਂ ਭੈਣੋਂ ਆਏ, ਉੱਥੋਂ ਅਸੀਂ ਪੈਦਲ ਦੌੜੀਆਂ ਔਰਤਾਂ ਸਾਰੀਆਂ, ਉਹ ਇਕੱਲਾ ਮਰਦ ਉਦੋਂ ਸਾਡੇ ਨਾਲ ਸੀ ਸ਼ੋਪਿੰਗ ਕਰਨ ਜਿਹੜਾ ਆਇਆ ਸੀ, ਅਸੀਂ ਪੈਦਲ ਦੌੜੀਆਂ ਭਾਈ, ਰਸਤੇ ਪੁੱਛ ਪੁੱਛ ਕੇ ਕਿ ਥਾਣਾ ਕਿੱਥੇ, ਲੋਕਾਂ ਨੇ ਕਿ ਥਾਣੇ ਲੈ ਗਏ ਉਹਨੇ, ਅਸੀਂ ਇੱਥੇ ਆਏ ਪੰਜ ਤਿੰਨ ਘੰਟੇ ਬਾਹਰ ਬੈਠੇ ਹਾਂ, ਦਰਵਾਜ਼ੇ ਖਟਕਾਏ ਕਿ ਖੋਲੋ ਸਾਨੂੰ ਮਿਲ ਲੈਣ ਦਿਉ, ਬੱਚੇ ਨੂੰ ਛੱਡ ਦਿਉ, ਸਾਨੂੰ ਕਸੂਰ ਦੱਸ ਦਿਉ, ਬੜੀਆਂ ਮਿੰਨਤਾਂ ਕੀਤੀਆਂ, ਅਸੀਂ ਤਾਂ ਚਾਹੁੰਦੇ ਸੀ ਕਿ ਮਿੰਨਤਾਂ ਕਰਕੇ ਹੀ ਲੈ ਜਾਈਏ, ਚਲੋ ਚਪੇੜਾਂ ਮਾਰ ਲਈਆਂ, ਚਲੋ ਕੁਛ ਕਰ ਲਿਆ, ਭਾਈ ਸਾਨੂੰ ਇਹਨਾਂ ਨੇ ਤਿੰਨ ਘੰਟੇ ਜ਼ਲੀਲ ਕੀਤਾ, ਸਾਡੇ ਬੰਦੇ ਵੀ ਆ ਗਏ, ਉਹਨਾਂ ਨੇ ਵੀ ਸਾਨੂੰ ਕਿਹਾ ਕਿ ਚਲੋ ਕੋਈ ਗੱਲ ਨਹੀਂ, ਕੋਈ ਗੱਲ ਕਰਦੇ ਹਾਂ ਜਦੋਂ ਅਸੀਂ ਬੱਚੇ ਦੀ, ਅਸੀਂ ਪਹਿਲੇ ਤਾਂ ਅਸੀਂ ਕਿਹਾ ਬੱਚਾ ਦਿਖਾ ਦਿਉ, ਬੱਚਾ ਦਿਖਾ ਦਿਉ, ਰੋਏ ਪਿੱਟੇ, ਸਾਡੀ ਗੱਲ ਨਹੀਂ ਸੁਣੀ, ਸਾਡੇ ਨਾਲ ਬਦਤਮੀਜ਼ੀ ਕੀਤੀ, ਸਾਨੂੰ ਧੱਕੇ ਦਿੱਤੇ, ਪਹਿਲੇ ਤਾਂ ਇੱਥੋਂ ਨਹੀਂ ਜਾਣ ਦਿੱਤਾ, ਬੰਦੇ ਆਏ ਅੰਦਰ ਲੈ ਗਏ, ਅੰਦਰ ਵੀ ਸਾਡੇ ਨਾਲ ਬਦਤਮੀਜ਼ੀ ਨਾਲ ਬੋਲੇ, ਅੱਛਾ ਉਹ ਬੰਦਾ ਉਸ 'ਤੇ ਅਸੀਂ ਕਿਸੇ ਹੋਰ ਦੀਆਂ ਮਿੰਨਤਾਂ ਕਰਕੇ ਬੱਚੇ ਨੂੰ ਮਿਲੇ, ਦੇਖਿਆ ਤਾਂ ਸਾਰੇ ਦੰਦ ਟੁੱਟੇ ਪਏ ਸੀ ਭਈਆ, ਸਾਰੇ ਦੰਦ ਟੁੱਟੇ ਪਏ ਸੀ ਉਹਦੇ, ਫਿਰ ਉੱਥੋਂ ਸਾਰੇ ਦੰਦ ਟੁੱਟੇ ਪਏ, ਸਾਡੀ ਫਿਰ ਵੀ ਗੱਲ ਨਹੀਂ ਸੁਣੀ ਇਹਨਾਂ ਨੇ, ਅਸੀਂ ਬਹੁਤ ਰੋਏ ਪਿੱਟੇ, ਕਹਿ ਕੀ ਕੀਤਾ, ਪੁਲਿਸ ਵਾਲਿਆਂ ਨੇ ਸਾਡੀ ਇੱਕ ਗੱਲ ਨਹੀਂ ਸੁਣੀ, ਫਿਰ ਸਾਨੂੰ ਇੱਥੇ ਸੜਕਾਂ 'ਤੇ ਇਹਤਜਾਜ ਕਰਨਾ ਪਿਆ, ਭਾਈ ਸਾਡੀ ਕਦੀ ਡੀਪੀ 'ਤੇ ਵੀ ਤਸਵੀਰ ਨਹੀਂ ਇੱਥੇ ਲਾਈ, ਸਭ ਪੜ੍ਹੀ ਲਿਖੀ ਫੈਮਿਲੀ ਹੈ, ਉਹਦੀ ਬੱਚੀ, ਬੱਚਾ ਖੁਦ ਇੰਜੀਨੀਅਰ ਹੈ, ਜੋਬ ਕਰਦਾ ਇਸਲਾਮਾਬਾਦ, ਉਹਦੀ ਸਿਸਟਰ ਡਾਕਟਰ, ਉਹਦੀ ਮਦਰ ਟੀਚਰ, ਮੈਂ ਖੁਦ ਡੈਫ ਦੀ ਟੀਚਰ, ਸਾਡੀ ਵੱਡੀ ਸਿਸਟਰ ਜਿਹੜੀ ਉਹ ਹਾਈ ਸਕੂਲ ਦੀ ਹੈੱਡ, ਸਭ ਪੜ੍ਹੀ ਲਿਖੀ ਫੈਮਿਲੀ, ਅਸੀਂ ਤਾਂ ਪੜ੍ਹਾਉਣ 'ਤੇ ਇੰਨਾ ਜ਼ੋਰ ਲਾਉਂਦੇ ਕਿ ਬਾਸ਼ਹੂਰ ਹੋ ਜਾਣ, ਭਾਵੇਂ ਸਾਨੂੰ ਇੱਥੇ ਸੜਕਾਂ 'ਤੇ ਇਹਤਜਾਜ ਕਰਕੇ ਪੁਲਿਸ ਵਾਲਿਆਂ ਨੂੰ ਗੱਲ ਸੁਣਾਉਣੀ ਪਈ ਕਿ ਸਾਡੀ ਗੱਲ ਸੁਣ ਲਓ, ਸਾਡਾ ਸਾਨੂੰ ਡਰ ਸੀ ਕਿ ਪੁਲਿਸ ਵਾਲੇ ਕੁਛ ਕਰ ਨਾ ਦੇਣ, ਛੱਡਣਾ ਨਜਾਇਜ਼ ਆ, ਸਾ ਜਦੋਂ ਉਹਦੀ ਹਾਲਤ ਦੇਖੀ ਉਹ ਖੜਾ ਵੀ ਨਹੀਂ ਸੀ ਹੋ ਜਾਂਦਾ, ਜੁੱਤੀ ਪੈਰਾਂ 'ਚ ਨਹੀਂ, ਇਹ ਸਾਰੇ ਦੰਦ ਤੋੜਦੇ, ਔਰ ਸਾਡਾ ਬੇਟਾ ਅਸੀਂ ਸ਼ਾਮ ਦੇ ਜ਼ਲੀਲ ਹੋ ਰਹੇ ਹਾਂ, ਛੋਟੇ ਛੋਟੇ ਬੱਚੇ ਸਾਡੇ ਘਰ ਰਹਿ ਗਏ ਨੇ, ਅਸੀਂ ਸ਼ੋਪਿੰਗ ਕਰਨ ਆਏ ਸੀ, ਸਾਨੂੰ ਲਾਹੌਰ ਨੇ ਤੋਹਫਾ ਦੇ ਦਿੱਤਾ, 1 ਵਜ ਗਿਆ, ਅਸੀਂ 1 ਵਜੇ ਤੱਕ ਸੜਕਾਂ 'ਤੇ ਸਾਡੀਆਂ ਛੋਟੀਆਂ ਛੋਟੀਆਂ ਬੱਚੀਆਂ ਜ਼ਲੀਲ ਹੋ, ਹੁਣ ਇਹ ਪੁਲਿਸ ਵਾਲੇ ਕੋਈ ਕਾਰਵਾਈ ਨਹੀਂ ਕਰ ਰਹੇ ਭਾਈ, ਅਜੇ ਤੱਕ ਤੇ ਬਸ ਇੱਕ ਦਰਖਾਸਤ ਜੀ ਲਿਖਾ ਕੇ ਅਜੇ ਅਸੀਂ ਇਸੇ ਤੋਂ ਖੜੇ ਹਾਂ ਕਿ ਸਾਡਾ ਕੋਈ ਹੱਲ ਨਿਕਲ ਆਵੇ। ਦਰਖਾਸਤ ਕਿਹਨੇ ਲਿਖੀ, ਤੁਸੀਂ ਆਪ ਲਿਖਾਈ ਕਿ ਉਹਨਾਂ ਨੇ ਲਿਖੀ? ਅਸੀਂ ਜਦੋਂ ਇੱਥੇ ਰੋਡ ਬਲਾਕ ਹੋ ਗਿਆ ਉਦੋਂ ਆ ਕੇ ਉਸ DSP ਸਾਹਿਬ ਨੇ ਸਾਡੀ ਗੱਲ ਸੁਣੀ, ਔਰ ਚੀਖ ਚੀਖ ਕੇ ਰੋ ਰੋ ਗਲੇ ਬੈਠ ਗਏ, ਲੋਕਾਂ ਨੂੰ ਮਿੰਨਤਾਂ ਕਰਕੇ ਰੋਕਿਆ ਕਿ ਥੋੜ੍ਹੀ ਦੇਰ ਰੁਕੋ, ਇਹਤਜਾਜ ਸਾਡੇ ਨਾਲ ਕਰੋ ਅਤੇ ਸਾਡੀ ਗੱਲ ਸੁਣੋ। ਅਤੇ ਉਹ ਜਿਹੜਾ ਸਬ ਇੰਸਪੈਕਟਰ ਆ ਉਹ ਨੱਸ ਗਿਆ, ASI ਜਿਹੜਾ ਅਨਸਰ ਨਾਮ ਹੈ ਭਾਈ, ਅਸੀਂ ਮਿੰਨਤਾਂ ਕੀਤੀਆਂ ਔਰਤਾਂ ਨੇ ਉਹਦੇ ਅੱਗੇ ਹੱਥ ਜੋੜੇ, ਸਾਨੂੰ ਨਹੀਂ ਸੀ ਪਤਾ ਇਹਨੇ ਇਹ ਹਾਲਤ ਕੀਤੀ, ਸ਼ਨਾਖਤੀ ਕਾਰਡ ਔਰ ਸੈੱਲ ਖੋਲੇ ਉਹਦੇ ਜੇਬ 'ਚ ਪਾ ਲਏ। ਨਾਮ ਕੀ ਗਾ ਭਾਈ? ਅਸੀਂ ਉਹਨੂੰ ਕਿਹਾ, ਹਾਂਜੀ ਅਨਸਰ ਹੈ ਪੁਲਿਸ ਵਾਲੇ ਦਾ ਨਾਮ, ASP। ਫਿਰ ਭਾਈ ਅਸੀਂ ਉਹਨੂੰ ਕਿਹਾ ਕਿ ਸਾਡੇ ਬੇਟੇ ਨੂੰ ਸਿਰਫ ਮਿਲਾ ਦੇ, ਬੰਦੇ ਆ ਜਾਣਗੇ, ਗੱਲ ਹੋ ਜਾਏਗੀ, ਸਾਨੂੰ ਪਤਾ ਨਹੀਂ ਸੀ ਇਹਨੇ ਕੀ ਕੀਤਾ। ਭਾਈ ਸਾਨੂੰ ਕਹਿੰਦਾ ਕਿ ਜੇ ਤੁਸੀਂ ਉਹਨੂੰ ਦੇਖੋ ਤੇ ਉਹਦੀ ਲੱਤ ਟੁੱਟੀ ਪਈ ਹੋਵੇ ਤਾਂ ਫਿਰ ਇੱਥੇ ਹੀ ਬੈਠੀਆਂ ਰਹੋ। ਕੌਣ ਕਹਿੰਦਾ? ਅਨਸਰ। ਹਾਂਜੀ, ਉਹਨੂੰ ਦੇਖਣਾ ਹੈ ਤੇ ਫਿਰ ਉਹ ਫਰਾਰ ਹੋਇਆ ਹੋਇਆ ਵਾ, ਪਹਿਲਾਂ ਤਾਂ ਬੜਾ ਧਮਕਿਆ ਧਮਕਿਆ ਨਾਲ ਜਿੱਦਾਂ ਹੁਣ ਕਿੱਥੇ ਹੈਗਾ, ਫਿਰ ਦੌੜ ਗਿਆ, ਦੌੜ ਗਿਆ। ਤੇ SHO ਜਾਂ ਕੋਈ ਵੀ ਪੁਲਿਸ ਅਫਸਰ ਜਿਹੜਾ ਤੁਹਾਡੀ ਗੱਲ ਨਹੀਂ ਸੁਣਦਾ ਪਿਆ? DSP ਸਾਹਿਬ ਨੇ ਸਾਡੀ ਗੱਲ ਉਹਨੂੰ ਸੁਣੀ, ਆਏ ਨਹੀਂ। ਅੱਛਾ, ਤਾਂ ਹੁਣ ਕਾਰਵਾਈ ਕੋਈ ਨਹੀਂ ਹੋ ਰਹੀ? ਕਾਰਵਾਈ ਹੁਣ ਕੋਈ ਖਾਸ ਨਹੀਂ ਹੋ ਰਹੀ।